मेरे राम मेरे राम।
वाहिगुरु जी का खालसा वाहिगुरु जी की फतेह। भुगत भुगत जुगत तेरी सेवा जिसको आप कराए, तहा पे उठ जे कीर्तन तेरा दुआ पे श्रद्धा लाए। बहुत बहुत धन्यवाद भाई गुरबीर सिंह जी काबुल वाले। प्यारी साध संगत जी, कितनी खुशी होती है जो साढ़े गुरु घर के सेवादार इतने रोज सेवा करते हैं, और किन्नी सुरीली गुरु साहब ने आवाज बख्शी है, किन्ना प्रेम है। आओ इन्हां दी चढ़दी कला लई जयकारा बुलाइए। बोले सोनेहा साध संगत जी, भाई मनप्रीत सिंह जी कानपुरी जो इतने आ गए हैं गुरु घर के दास, इन्हों गुरुद्वारा गुरु नानक दरबार की समुची कमेटी के वलों, गुरु नानक दरबार नौजवान सेवा सुसायटी वालों जी आया कहना है। नौजवान सेवा सुसायटी जो गुरु नानक दरबार तो प्यारी साध संगत जी, इन बच्चों के मन के चाह आया, आप जी ने पहली बार नाम सुनिया है नौजवान सेवा सुसायटी, क्योंकि अज ये पहला जो कीर्तन दरबार है ये सुसायटी करवा रही है। गुरुद्वारा गुरु नानक दरबार जो साड़ा केंद्रीय स्थान है, और गुरुद्वारा साहब की प्रबंधक कमेटी के सहयोग के नाल जो ये बच्चों ने अपनी एक टीम बनाई है नौजवानों ने, जिदे 13 साल तो लैके 32-33 साल के नौजवान सेवा कर रहे हैं। आप जी ने वेख्या है लंगर घर के जोड़ा घर के और सिक्योरिटी के कैमरा की सेवा करते हुए जिथे जिथे आपको नौजवान नजर आ रहे हैं वो इस सोसाइटी का हिस्सा हैं, और ये बच्चे ये आप जी के बच्चे हैं। प्यारी साध संगत जी, जाते हुए इन बच्चों एक वेलडन का थापड़ा जरूर दे के जाना, गुरु साहब की बख्शिश है इन्हों पर। और इन बच्चों का यह चाह सी कि भाई मनप्रीत सिंह जी कानपुरी वो आके दीवान के हाजरियां लगा, सोदास इन्हों का भी अति रहनी है। जिस तरह बिजनेस की दुनिया के होर दुनिया के साड़ा कोई आइडियल होता है, साढ़े बच्चों के आइडियल भाई मनप्रीत सिंह जी हैं, क्योंकि एक गुरु की बाणी के नाल। और अज मैं बड़ा माण है, फखर है कि गुरु की बाणी बोलते हैं और ठोक के बोलते हैं। जिथे जिथे आप जी ने वेख्या इंडिया के हर जगह जिथे जिथे इन्हों लग्या कि इन्हें आ हो रहा है उत्थे नहीं बोलना
ਚਾਹੀਦਾ ਸੀ, ਨਹੀਂ ਕੀਰਤਨ ਹੋਣਾ ਚਾਹੀਦਾ, ਇਹਨਾਂ ਨੇ ਨਹੀਂ ਕੀਤਾ। ਔਰ ਜਿੱਥੇ ਜਿੱਥੇ ਇਹਨਾਂ ਨੂੰ ਲੱਗਿਆ ਸੱਚ ਦੀ ਆਵਾਜ਼ ਹੈ, ਉਹ ਇਹਨਾਂ ਨੇ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ। ਆਓ ਇਹਨਾਂ ਦੀ ਚੜ੍ਹਦੀ ਕਲਾ ਲਈ ਵੀ ਜੈਕਾਰਾ ਬੁਲਾਈਏ। ਬੋਲੇ ਸੋਨਿਹਾ। ਪਿਆਰੀ ਸਾਧ ਸੰਗਤ ਜੀ, ਇਹ ਜੋ ਬੱਚੇ ਆਪ ਜੀ ਪਿੱਛੇ ਵੇਖ ਰਹੇ ਹੋਏ, ਇਹਨਾਂ ਦੇ ਨਾਲ ਇਹ ਵੀ ਸਾਡੇ ਅਫਗਾਨ ਸਿੱਖ ਕੌਮ ਦੇ ਬੱਚੇ ਹਨ। ਛੋਟੇ ਛੋਟੇ ਹੋਏ, ਦਿੱਲੀ ਦੇ ਟਾਈਮ ਤੋਂ ਇਹਨਾਂ ਦੇ ਨਾਲ ਜੁੜੇ ਸੀ, ਅੱਜ ਬੈਠ ਕੇ ਇਹਨਾਂ ਦੇ ਨਾਲ ਕੀਰਤਨ ਕਰ ਰਹੇ ਹਨ। ਪਿਆਰੀ ਸਾਧ ਸੰਗਤ ਜੀ, ਭਾਈ ਸਾਹਿਬ ਨੇ ਜੋ 15 ਮਿੰਟ ਦਾ ਲੇਟ ਸਮਾਂ ਹੋ ਗਿਆ ਹੈ, ਸੋ ਇਹਨਾਂ ਨੇ 12:15 ਤੱਕ ਜੋ ਹੈ ਕੀਰਤਨ ਕਰਨਾ ਹੈ। ਕੱਲ੍ਹ ਗੁਰਦੁਆਰਾ ਗੁਰੂ ਨਾਨਕ ਦਰਬਾਰ ਇਸੀ ਅਸਥਾਨ ਦੇ ਵਿਖੇ, ਜੋ ਐਤਵਾਰ ਦਾ ਦਿਨ ਹੈ, ਭਾਈ ਦਵਿੰਦਰ ਸਿੰਘ ਜੀ ਖਾਲਸਾ ਜੋ ਖੰਨੇ ਵਾਲੇ, ਉਹਨਾਂ ਨੇ 2:30 ਕੀਰਤਨ ਦੀ ਹਾਜ਼ਰੀ ਭਰਨੀ ਹੈ। ਉਸ ਤੋਂ ਉਪਰੰਤ ਭਾਈ ਸਤਨਾਮ ਸਿੰਘ ਜੀ ਹਜ਼ੂਰੀ ਰਾਗੀ, ਉਹਨਾਂ ਨੇ ਵੀ ਕੀਰਤਨ ਦੀਆਂ ਹਾਜ਼ਰੀਆਂ ਭਰਨੀਆਂ ਹਨ। ਪਿਆਰੀ ਸਾਧ ਸੰਗਤ ਜੀ, ਅਖੀਰ ਦੇ ਵਿੱਚ ਦਾਸ ਇਹ ਬੇਨਤੀ ਕਰਦਾ ਚਲੇਗਾ ਕਿ ਬੱਚਿਆਂ ਲਈ ਜ਼ਰੂਰ ਅਰਦਾਸ ਕਰਨਾ, ਗੁਰੂ ਸਾਹਿਬ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ। ਲੇਕਿਨ ਹੋਵੇ ਜੋ ਇੱਕ ਬਿਮਾਰੀ ਹੈ, ਉਹ ਨਾ ਦਾਸ ਨੂੰ ਨਾ ਇਹਨਾਂ ਬੱਚਿਆਂ ਨੂੰ ਲੱਗ ਜਾਏ। ਆਪਾਂ ਸੇਵਾਦਾਰ ਬਣ ਕੇ ਸੇਵਾ ਕਰੀਏ, ਆਪਾਂ ਔਰਗਨਾਈਜ਼ਰ ਨਹੀਂ ਬਣਨਾ। ਸੋ ਇਹ ਸਾਰੇ ਬੱਚਿਆਂ ਨੇ ਵੀ ਸੁਣ ਲੈਣਾ ਹੈ। ਔਰ ਉੱਪਰ ਦੀਵਾਨ ਹਾਲ ਦੇ ਵਿੱਚ ਪਿਆਰੀ ਸਾਧ ਸੰਗਤ ਜੀ ਸੇਵਾਦਾਰਾਂ ਨੇ ਕਿਹਾ, ਉੱਥੇ ਵੀ ਸਕਰੀਨ ਲੱਗ ਚੁੱਕੀ ਹੈ, ਜਿਸ ਤਰ੍ਹਾਂ ਆਪ ਜੀ ਵੇਖ ਰਹੇ ਹੋ, ਇਹ ਠਾਠਾ ਮਾਰਦਾ ਇਕੱਠ ਸੰਗਤ ਦਾ। ਇਸ ਦੀਵਾਨ ਹਾਲ ਦੇ ਵਿੱਚ ਹੁਣ ਜਗ੍ਹਾ ਨਹੀਂ ਹੈ, ਸੋ ਉੱਪਰ ਵੀ ਸੇਮ ਦੀਵਾਨ ਹਾਲ ਹੈ, ਜਿੱਥੇ ਸਕਰੀਨ ਵੀ ਹੈ, ਸਾਊਂਡ ਵੀ ਹੈ, ਸੈਟਅਪ ਕੀਤਾ ਗਿਆ ਹੈ। ਆਪ ਜੀ ਉੱਥੇ ਵੀ ਲਾਹਾ ਲੈ ਸਕਦੇ ਹੋ। ਔਰ ਮੈਂ ਇੱਕ ਬੇਨਤੀ ਅਖੀਰ ਦੇ ਵਿੱਚ ਕਰਦਾ ਚੱਲਾਂ ਸਾਧ ਸੰਗਤ, ਜਦੋਂ ਭਾਈ ਸਾਹਿਬ ਨੇ ਕੀਰਤਨ ਦੀ ਸਮਾਪਤੀ ਕਰਨੀ ਹੈ, ਜਿਸ ਤਰ੍ਹਾਂ ਅਨੰਦ ਸਾਹਿਬ ਹੋ ਜਾਏਗਾ, ਆਪਾਂ ਉਸੀ ਟਾਈਮ ਕੋਲੇ 12:00 ਉੱਠ ਕੇ ਚਲੇ ਜਾਣਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਸਤਿਕਾਰ ਹੈ, ਉਹ ਆਪਾਂ ਮੁੱਖ ਰੱਖਣਾ ਹੈ। ਜੇ ਮੰਨ ਲਓ ਭਾਈ ਸਾਹਿਬ ਦਾ ਕੀਰਤਨ 12:00 ਤੱਕ ਹੁੰਦਾ, ਫਿਰ ਵੀ ਅਸੀਂ ਬੈਠਣਾ ਹੀ ਸੀ। ਸੋ ਮੇਰੀ ਬੇਨਤੀ ਹੈ, ਗੁਰੂ ਸਾਹਿਬ ਨੂੰ ਇਸ ਤਰ੍ਹਾਂ ਛੱਡ ਕੇ ਨਾ ਜਾਈਏ। ਅਰਦਾਸ ਦਾ ਔਰ ਹੁਕਮਨਾਮੇ ਦਾ, ਸੁਖਾਸਨ ਸਾਹਿਬ ਦਾ ਹਿੱਸਾ ਬਣੀਏ। ਪੂਰਨ ਖੁਸ਼ੀਆਂ ਗੁਰੂ ਸਾਹਿਬ ਦੀ ਲੈ ਕੇ ਜਾਈਏ। ਜਿਹੜੇ ਜਿਹੜੇ ਸੇਵਾਦਾਰਾਂ ਨੇ ਸੇਵਾਵਾਂ ਕੀਤੀਆਂ ਹਨ, ਸਿੱਖ ਚੈਨਲ ਦਾ ਸਭ ਦਾ ਧੰਨਵਾਦ। ਭੁੱਲਾ ਚੁੱਕਣ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੇਸਬੁੱਕ ਲਾਈਵ ਸ਼ਬਦ ਗੁਰਬਾਣੀ ਨੂੰ ਜੁੜ ਕੇ ਮੇਰੇ ਵੀਰ ਜਗ੍ਹਾ ਜਗ੍ਹਾ ਪਹੁੰਚ ਕੇ, ਇਹਨਾਂ ਨੇ ਪਹਿਲੇ ਹੀ ਕਾਰਜਕਾਰੀ ਅਕੈਡਮੀ ਤੋਂ, ਹੁਣ ਇੱਥੋਂ ਹੀ ਸਭ ਜਗ੍ਹਾ ਤੋਂ ਰਿਲੇ ਕਰ ਰਹੇ ਨੇ ਫੇਸਬੁੱਕ ਲਾਈਵ ਸੱਚੇ ਪਾਤਸ਼ਾਹ ਜੀ ਨੂੰ ਚੜ੍ਹਦੇ ਕਰਨ। ਆਓ ਅੱਜ ਜਿੰਨੇ ਵੀ ਦਿਨ ਅਸੀਂ ਜੁੜਦੇ ਹਾਂ, ਤੁਹਾਡੇ ਸੰਗਤਾਂ ਦੇ ਵਿੱਚ ਵੱਧ ਤੋਂ ਵੱਧ ਲਾਭ ਕਰੀਏ।